ਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਥੇ ਖੋਹ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਇਸੇ ਗਰੋਹ ਨੇ ਇੱਕ ਜਿਹੜਾ ਜੱਜਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5-9 ਨੂੰ ਜਿਹੜਾ ਹੈ ਇੱਕ ਲੇਡੀਜ਼ ਸੀਗੀ ਉੱਥੇ, ਉਹਦੇ ਕੋਲੋਂ ਇੱਕ ਮੋਪਿਡ ਜਿਹੜੀ ਇਹਨਾਂ ਨੇ ਖੋਈ, ਉਹ ਮੋਪਿਡ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪਿਡ ਵੀ ਇਹਨਾਂ ਕੋਲੋਂ। ਇਸੇ ਦੌਰਾਨ ਹੀ 7 ਤਰੀਕ ਨੂੰ 7-9 ਇਸੇ ਮਹੀਨੇ ਦੀ 7 ਤਰੀਕ ਨੂੰ ਇੱਕ ਕਲੇਰ ਕਲਾਂ ਪਿੰਡ ਦੇ ਵਿੱਚ 5 ਬੰਦਿਆਂ ਨੇ ਇੱਕ ਬੜਾ ਸਨਸਨੀ ਕੇਸ ਜਿਹੜਾ ਕ੍ਰਾਈਮ ਕੀਤਾ, ਜਿਹੜਾ ਉਹਨੇ ਆਰਮਡ ਹੋ ਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ, ਉਹਦੇ 'ਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ, 5 ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉਹਦੀ ਦੁਕਾਨ ਦੇ ਓਨਰ ਉਹਦੇ ਫੋਨ ਦੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋ ਕੇ ਲੈ ਗਏ। ਇਹ ਸਾਰੀ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ 'ਚ ਅਸੀਂ 2 ਬੰਦੇ ਜਿਹੜੇ ਪਹਿਲੇ ਜਿਹੜੇ ਫੜ ਲਏ ਜਸਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜਾਂਗਲੇ ਦਾ ਰਹਿਣ ਵਾਲਾ ਹੈ, ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ 4-5 ਪਰਚੇ ਤੇ ਆਲਰੇਡੀ ਪੁਰਾਣੇ ਜਿਹੜੇ ਦਰਜ ਹੈ। ਪਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਸ ਗੱਲ ਸਾਹਮਣੇ ਆਈ ਵੀ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਭਰਾ ਤੇ ਇੱਕ ਇਹਦਾ ਜਿਹੜਾ ਸਾਲਾ ਹੈ, ਇਹ ਜਿਹੜੇ 3 ਬੰਦੇ ਤਾਂ ਇੱਥੋਂ ਸੀਗੇ, ਇਹ ਸੀਗੇ 2 ਬੰਦੇ ਇਹਨਾਂ ਨੇ ਜਿਹੜੇ ਹੈ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਔਰ ਇਹਨਾਂ 5 ਜਣਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਜਿਹੜਾ ਡਾਕੇ ਨੂੰ ਅੰਜਾਮ ਦਿੱਤਾ। ਇਸੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ, ਪ੍ਰਿੰਸ ਸਾਨੂੰ ਪ੍ਰਗਟ ਸਿੰਘ ਹੈ, ਇਹ ਅਸੀਂ ਜਿਹੜੇ ਗ੍ਰਿਫਤਾਰ ਕਰ ਲਏ ਹੈ ਤੇ ਇਹ ਜਿਹੜੇ ਬਾਕੀ ਜਿਹੜੇ 3 ਰਹਿੰਦੇ ਆ ਉਹ ਵੀ ਅਸੀਂ ਜਲਦੀ ਜਿਹੜੇ ਅਰੈਸਟ ਕਰ ਲਾਂਗੇ। ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ, ਇੱਕ ਜਿਹੜੀ ਹੈ ਮੋਪਿਡ, 2 ਜਿਹੜੇ ਮੋਬਾਈਲ ਫੋਨ, ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ। ਜੀ ਹਾਂ, ਹਜੇ ਤਾਂ ਪ੍ਰੀਲੀਮਰੀ ਹੈ, ਹਜੇ ਅਸੀਂ ਇਹਨਾਂ ਕੋਲ ਹੋਰ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲ ਸਾਨੂੰ ਟਰੇਸ ਹੋਣਗੇ, ਔਰ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਫੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡੈਸਪਰੇਟ ਨੇ, ਜਿਹੜੇ ਵੈਪਨਸ ਤੇ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਹੋਰ ਸਮਾਨ ਜਿਹੜਾ ਉਹਨਾਂ ਕੋਲ ਇਹਦਾ ਵੀ ਬਰਾਮਦ ਕਰਨਾ ਬਾਕੀ ਹੈ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲ ਜਿਹੜੇ ਖੁਲਾਸੇ ਹੋਣ ਦੀ ਆਸ ਹੈ। ਇਹ ਪਹਿਲੇ ਸਾਰੇ ਜਣੇ ਜਿਹੜੇ ਹੈਗੇ ਆ, ਇੱਥੇ ਜੰਗਲਾ ਪੁਲ ਪੈਂਦਾ ਸਾਡਾ ਜਿਹੜਾ ਜੰਗਲਾ ਨਹਿਰ ਦਾ ਪੁਲ ਹੈ, ਜਿਹੜੇ ਅੰਮ੍ਰਿਤਸਰ ਤੋਂ ਦੋ ਮੁੰਡੇ ਜਿਹੜੇ ਮੋਟਰਸਾਈਕਲ ਤੇ ਉੱਥੋਂ ਆਏ ਤੇ ਜਿਹਦੇ 'ਚ ਇੱਕ ਪ੍ਰਿੰਸੀਪ ਹੈ, ਦੂਜੇ ਦਾ ਨਾਂ ਨਹੀਂ ਹਜੇ ਮੈਂ ਡਿਸਕਲੋਜ਼ ਕਰਾਂਗਾ, ਇੱਕ ਜਿਹੜਾ ਅਸੀਂ ਅਰੈਸਟ ਕਰ ਲਿਆ। ਇਹ 2 ਜਣੇ ਉੱਥੋਂ ਅੰਮ੍ਰਿਤਸਰ ਤੋਂ ਆਏ ਤੇ 3 ਜਣੇ ਜਿਹੜੇ ਆ, ਇੱਕ ਮਨਪ੍ਰੀਤ ਮੰਨੂ, ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ, ਇਹ 3 ਜਣੇ ਜੰਗਲੇ ਪਿੰਡ ਤੋਂ ਇੱਥੇ ਇਕੱਠੇ ਹੋਏ, ਇੱਥੋਂ ਇਕੱਠੇ ਹੋ ਕੇ ਵਾਇਆ ਨਾਸਰਕੇ ਤੋਂ ਜਾ ਕੇ ਇਹਨਾਂ ਨੇ ਤੇ ਨਾਸਰਕੇ ਤੋਂ ਕੋਈ ਕਰੀਬ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾ ਪਿੰਡ ਹੈ ਉੱਥੇ ਜਾ ਕੇ ਤੇ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ। ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਂ ਨਹੀਂ ਹੁੰਦਾ ਜੀ, ਸੌਖੇ ਹੈ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਲਾਗੇ, ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੂ ਤੇ ਦੂਜਾ ਇਹਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ, ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹ ਸਾਰਾ ਜਿਹੜਾ ਵੈ ਉਹ ਸਾਰਾ ਅੰਮ੍ਰਿਤਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵੈ ਉਹ ਸਾਰਾ ਜਿਹੜਾ ਵੈ, ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਇਹਨਾਂ ਦੇ ਗੈਂਗ ਦੇ, ਇੱਕ ਸੀਨੀਅਰ ਮੈਂਬਰ ਸੀਗੇ, ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ। ਇਹ ਤੇ ਅਸੀਂ ਵਾਰਦਾਤ ਤੋਂ ਦੂਜੇ ਦਿਨ ਹੀ, ਦੂਜੇ ਤੀਜੇ ਦਿਨ ਹੀ ਜਿਹੜਾ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ, ਭੱਜੇ ਦੌੜੇ ਫਿਰਦੇ ਸੀ, ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋਇੰਗ ਆ ਕੇ ਜੰਗਲੇ ਪਿੰਡ ਤੇ ਸਾਰਾ ਹੋ ਰਿਹਾ ਸੀਗਾ, ਜੰਗਲੇ ਪਿੰਡ ਦੇ ਆਲੇ ਦੁਆਲੇ, ਔਰ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ 3 ਬੰਦੇ, ਤੇ ਉਹ ਅਸੀਂ ਜਿਹੜੇ ਆ ਇੱਕ ਇਹਦੇ 'ਚ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ, ਬਾਕੀ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਗਿਆ ਸੀ ਪੁਲਿਸ ਸਾਡੇ ਪਿੱਛੇ, ਇਸ ਕਰਕੇ ਅੱਗੇ ਪਿੱਛੇ ਹੋਏ ਆ, ਉਹ ਵੀ ਜਲਦੀ ਅਰੈਸਟ ਕਰ ਲਏ ਜਾਣਗੇ। ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ 5 ਜਣੇ ਨੇ ਜੀ, 3 ਤੇ ਰਿਸ਼ਤੇਦਾਰੀ ਆਪਸ ਦੇ ਵਿੱਚ, ਜਿਹੜਾ ਦੂਸਰਾ ਵੈ ਇੱਕ ਅੰਮ੍ਰਿਤਸਰ ਵਾਲਾ ਜਿਹੜਾ ਵੈ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮਨਪ੍ਰੀਤ ਮੰਨੂ ਦਾ ਜਿਹੜਾ ਸਾਲਾ ਵੈ, ਇਹ 2 ਜਣੇ ਬਾਹਰ ਡਬਈ ਇਕੱਠੇ ਰਹੇ ਆ
ਤੇ ਇੱਕ ਜਿਹੜਾ ਸੀ ਅੰਮ੍ਰਿਤਸਰ ਦਾ ਫੜਿਆ ਪ੍ਰਿੰਸ ਇਹ, ਤੇ ਜਿਹੜਾ ਦੂਸਰਾ ਅੰਮ੍ਰਿਤਸਰ ਵਾਲਾ ਡਬਈ ਰਿਹਾ ਉਹਦਾ ਇਹਦੇ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਦੇ ਵਿੱਚ ਲੂਣ ਸੀ। 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੇਮ ਸਿੰਘ ਨਾਂ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋਹ ਕੇ ਲੈ ਗਏ ਸੀਗੇ। ਉਹਦੀ ਅਸੀਂ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ। ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ, ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਮੰਨੂ ਸਾਨੂੰ ਬਲਵਿੰਦਰ ਸਿੰਘ ਵਾਸੀ ਜਾਂਗਲਾ ਅਤੇ ਇੱਕ ਜਸਪ੍ਰੀਤ ਰੈਜੀਡੈਂਸ ਆਫ ਬੋੜੇਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਥੇ ਖੋਹ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਇਸੇ ਗਰੋਹ ਨੇ ਇੱਕ ਜਿਹੜਾ ਜੱਜਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5-9 ਨੂੰ ਜਿਹੜਾ ਹੈ ਇੱਕ ਲੇਡੀਜ਼ ਸੀਗੀ ਉੱਥੇ, ਉਹਦੇ ਕੋਲੋਂ ਇੱਕ ਮੋਪਿਡ ਜਿਹੜੀ ਇਹਨਾਂ ਨੇ ਖੋਈ ਉਹ ਮੋਪਿਡ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪਿਡ ਵੀ ਇਹਨਾਂ ਕੋਲੋਂ। ਇਸੇ ਦੌਰਾਨ ਹੀ 7 ਤਰੀਕ ਨੂੰ 7-9 ਇਸੇ ਮਹੀਨੇ ਦੀ 7 ਤਰੀਕ ਨੂੰ ਇੱਕ ਕਲੇਰ ਕਲਾਂ ਪਿੰਡ ਦੇ ਵਿੱਚ 5 ਬੰਦਿਆਂ ਨੇ ਇੱਕ ਬੜਾ ਸਨਸਨੀ ਖੇਜ ਜਿਹੜਾ ਕ੍ਰਾਈਮ ਕੀਤਾ, ਜਿਹੜਾ ਉਹਨੇ ਆਰਮਡ ਹੋ ਕੇ ਅਤੇ ਇੱਕ ਦੁਕਾਨ 'ਤੇ ਡਾਕਾ ਮਾਰਿਆ। ਉਹਦੇ 'ਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ, 5 ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ 'ਤੇ ਕਸਟਮਰ ਬੈਠੇ ਸੀ ਉਹ ਅਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਦੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋਹ ਕੇ ਲੈ ਗਏ। ਇਹ ਸਾਰੀ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ 'ਚ ਅਸੀਂ ਦੋ ਬੰਦੇ ਜਿਹੜੇ ਪਹਿਲੇ ਜਿਹੜੇ ਫੜਲੇ ਜਸਪ੍ਰੀਤ ਸਿੰਘ ਬੋੜਾ ਅਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜਾਂਗਲੇ ਦਾ ਰਹਿਣ ਵਾਲਾ ਹੈ। ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ 4-5 ਪਰਚੇ ਇੱਥੇ ਆਲਰੇਡੀ ਪੁਰਾਣੇ ਜਿਹੜੇ ਦਰਜ ਹੈ, ਪਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਸਾਹਮਣੇ ਆਈ ਵੀ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਭਰਾ ਅਤੇ ਇੱਕ ਇਹਦਾ ਜਿਹੜਾ ਸਾਲਾ ਹੈ। ਇਹ ਜਿਹੜੇ 3 ਬੰਦੇ ਤਾਂ ਇੱਥੋਂ ਸੀਗੇ, ਇਹ ਸੀਗੇ 2 ਬੰਦੇ ਇਹਨਾਂ ਨੇ ਜਿਹੜੇ ਹੈ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਔਰ ਇਹਨਾਂ 5 ਜਣਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਜਿਹੜਾ ਡਾਕੇ ਨੂੰ ਅੰਜਾਮ ਦਿੱਤਾ। ਇਸੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਅਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ, ਪ੍ਰਿੰਸ ਸਾਨੂੰ ਪ੍ਰਗਟ ਸਿੰਘ ਹੈ, ਇਹ ਅਸੀਂ ਜਿਹੜੇ ਗ੍ਰਿਫਤਾਰ ਕਰ ਲਏ ਹੈ ਅਤੇ ਇਹ ਜਿਹੜੇ ਬਾਕੀ ਜਿਹੜੇ 3 ਬੰਦੇ ਆ ਉਹ ਵੀ ਅਸੀਂ ਜਲਦੀ ਜਿਹੜੇ ਅਰੈਸਟ ਕਰ ਲਾਂਗੇ। ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ, ਇੱਕ ਜਿਹੜੀ ਹੈ ਮੋਪਿਡ, 2 ਜਿਹੜੇ ਮੋਬਾਈਲ ਫੋਨ, ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ। ਜੀ ਹਾਂ, ਹਜੇ ਤਾਂ ਪ੍ਰੀਲੀਮਿਨਰੀ ਹੈ, ਹਜੇ ਅਸੀਂ ਇਹਨਾਂ ਕੋਲ ਹੋਰ ਪੁੱਛਗਿੱਛ ਕਰ ਰਹੇ ਹਾਂ ਅਤੇ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲ ਸਾਨੂੰ ਟਰੇਸ ਹੋਣਗੇ। ਔਰ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਫੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡੈਸਪਰੇਟ ਨੇ, ਜਿਹੜੇ ਵੈਪਨਸ ਅਤੇ ਵੈਪਨਸ ਅਤੇ ਬਾਕੀ ਲੈਪਟਾਪ ਵਗੈਰਾ ਹੋਰ ਸਮਾਨ ਜਿਹੜਾ ਉਹਨਾਂ ਕੋਲ ਇਹਦਾ ਵੀ ਬਰਾਮਦ ਕਰਨਾ ਬਾਕੀ ਹੈ ਅਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲੋਂ ਜਿਹੜੇ ਖੁਲਾਸੇ ਹੁੰਦੀ ਆਸ ਹੈ। ਇਹ ਪਹਿਲੇ ਸਾਰੇ ਜਣੇ ਜਿਹੜੇ ਹੈਗੇ ਆ, ਇੱਥੇ ਜਾਂਗਲਾ ਪੁਲ ਪੈਂਦਾ ਸਾਡਾ ਜਿਹੜਾ ਜਾਂਗਲਾ ਨਹਿਰ ਦਾ ਪੁਲ ਹੈ, ਜਿਹੜੇ ਅੰਮ੍ਰਿਤਸਰ ਤੋਂ ਦੋ ਮੁੰਡੇ ਜਿਹੜੇ ਮੋਟਰਸਾਈਕਲ ਤੇ ਉੱਥੋਂ ਆਏ ਤੇ ਜਿਹਦੇ 'ਚ ਇੱਕ ਪ੍ਰਿੰਸੀਪ ਹੈ, ਦੂਜੇ ਦਾ ਨਾਂ ਨਹੀਂ ਹਜੇ ਮੈਂ ਡਿਸਕਲੋਜ਼ ਕਰਾਂਗਾ, ਇੱਕ ਜਿਹੜਾ ਅਸੀਂ ਅਰੈਸਟ ਕਰ ਲਿਆ। ਇਹ 2 ਜਣੇ ਉੱਥੋਂ ਅੰਮ੍ਰਿਤਸਰ ਤੋਂ ਆਏ ਤੇ 3 ਜਣੇ ਜਿਹੜੇ ਆ, ਇੱਕ ਮਨਪ੍ਰੀਤ ਮੰਨੂ, ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ, ਇਹ 3 ਜਣੇ ਜਾਂਗਲੇ ਪਿੰਡ ਤੋਂ ਇੱਥੇ ਇਕੱਠੇ ਹੋਏ, ਇੱਥੋਂ ਇਕੱਠੇ ਹੋ ਕੇ ਵਾਇਆ ਨਾਸਰਕੇ ਤੋਂ ਜਾ ਕੇ ਇਹਨਾਂ ਨੇ ਤੇ ਨਾਸਰਕੇ ਤੋਂ ਕੋਈ ਕਰੀਬ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾਂ ਪਿੰਡ ਹੈ ਉੱਥੇ ਜਾ ਕੇ ਤੇ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ। ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਂ ਨਹੀਂ ਹੁੰਦਾ ਜੀ, ਸੌਖੇ ਹੈ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਤੇ ਲਾਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੂ ਤੇ ਦੂਜਾ ਇਹਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ, ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹ ਸਾਰਾ ਜਿਹੜਾ ਵੈ ਉਹ ਸਾਰਾ ਅੰਮ੍ਰਿਤਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵੈ ਉਹ ਸਾਰਾ ਜਿਹੜਾ ਵੈ, ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਇਹਨਾਂ ਦੇ,
ਗੈਂਗ ਦੇ ਇੱਕ ਸੀਨੀਅਰ ਮੈਂਬਰ ਸੀਗੇ, ਉਹ ਸਾਰੇ ਪੈਸੇ ਅਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ। ਇਹ ਤਾਂ ਅਸੀਂ ਵਾਰਦਾਤ ਤੋਂ ਦੂਜੇ ਦਿਨ ਹੀ, ਦੂਜੇ ਤੀਜੇ ਦਿਨ ਹੀ ਜਿਹੜਾ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ, ਭੱਜੇ ਦੌੜੇ ਫਿਰਦੇ ਸੀ, ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋਇੰਗ ਆ ਕੇ ਜੰਗਲੇ ਪਿੰਡ 'ਤੇ ਸਾਰਾ ਹੋ ਰਿਹਾ ਸੀਗਾ, ਜੰਗਲੇ ਪਿੰਡ ਦੇ ਆਲੇ ਦੁਆਲੇ, ਪਰ ਜੰਗਲੇ ਦੇ ਹੀ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ ਤਿੰਨ ਬੰਦੇ, ਅਤੇ ਉਹ ਅਸੀਂ ਜਿਹੜੇ ਆ ਇੱਕ ਤੋਂ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ, ਬਾਕੀ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਗਿਆ ਸੀ ਪੁਲਿਸ ਸਾਡੇ ਪਿੱਛੇ, ਇਸ ਕਰਕੇ ਅੱਗੇ ਪਿੱਛੇ ਹੋਏ ਆ, ਉਹ ਵੀ ਜਲਦੀ ਅਰੈਸਟ ਕਰ ਲਏ ਜਾਣਗੇ। ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਪੰਜ ਜਣੇ ਨੇ ਜੀ, ਤਿੰਨ ਤੇ ਰਿਸ਼ਤੇਦਾਰੀ ਆਪਸ ਦੇ ਵਿੱਚ, ਜਿਹੜਾ ਦੂਸਰਾ ਵੈ ਇੱਕ ਅੰਮ੍ਰਿਤਸਰ ਵਾਲਾ ਜਿਹੜਾ ਵੈ ਉਹ ਤੇ ਇੱਕ ਇਹਨਾਂ ਦਾ, ਇੱਕ ਇਹਦਾ ਜਿਹੜਾ ਮਨਪ੍ਰੀਤ ਮੰਨੂ ਦਾ ਜਿਹੜਾ ਸਾਲਾ ਵੈ, ਇਹ ਦੋਨੇ ਜਣੇ ਬਾਹਰ ਡਬਈ ਇਕੱਠੇ ਰਹੇ ਆ, ਤੇ ਇੱਕ ਜਿਹੜਾ ਸੀ ਅੰਮ੍ਰਿਤਸਰ ਦਾ ਫੜਿਆ ਪ੍ਰਿੰਸ ਇਹ, ਤੇ ਜਿਹੜਾ ਦੂਸਰਾ ਅੰਮ੍ਰਿਤਸਰ ਵਾਲਾ ਡਬਈ ਰਿਹਾ ਉਹਦਾ ਇਹਦੇ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਦੇ ਵਿੱਚ ਲੋਨ ਸੀਗੇ। 30 ਤਰੀਕ ਨੂੰ, 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੇਮ ਸਿੰਘ ਨਾਂ ਦਾ ਵਿਅਕਤੀ ਸੀਗਾ, ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋਹ ਕੇ ਲੈ ਗਏ ਸੀਗੇ, ਉਹਦੀ ਅਸੀਂ ਕੇਸ ਰਜਿਸਟਰ ਕਰਕੇ